ਉਸ ਤੋਂ ਵੈਲਕਮ ਕਰਦੇ ਹਾਂ ਤੁਹਾਡੇ ਪੰਜਾਬ ਜੋਬ ਸਰਚ ਯੂਟਿਊਬ ਚੈਨਲ ਵਿੱਚ। ਅੱਜ ਵਾਲੀ ਵੀਡੀਓ ਵਿੱਚ ਗਰੀਬ ਪਰਿਵਾਰਾਂ ਲਈ ਵੱਡਾ ਐਲਾਨ ਹੋ ਚੁੱਕਿਆ, ਹੁਣ ਗਰੀਬਾਂ ਨੂੰ ਲਗਾਤਾਰ ਮਿਲਣਗੀਆਂ ਇਹ ਸਹੂਲਤਾਂ। ਕਿਹੜੀਆਂ ਸਹੂਲਤਾਂ ਨੇ, ਕਿਹੜੇ ਲੋਕਾਂ ਨੂੰ ਮਿਲਣਗੀਆਂ, ਕੀ ਤੁਹਾਨੂੰ ਕਰਨਾ ਪਵੇਗਾ, ਕੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਬਦਲਾਅ ਕੀਤੇ ਜਾ ਰਹੇ ਨੇ, ਅਗਰ ਤੁਸੀਂ ਵੀ ਇਹਨਾਂ ਬਾਰੇ ਪੂਰੀ ਸਹੀ ਅਤੇ ਸਟੀਕ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜਲਦੀ ਜਲਦੀ ਮੇਰੇ ਯੂਟਿਊਬ ਚੈਨਲ ਪੰਜਾਬ ਜੋਬ ਸਰਚ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਨਵੀਆਂ ਸਰਕਾਰੀ ਨੌਕਰੀਆਂ, ਸਰਕਾਰੀ ਸਹੂਲਤਾਂ ਦੀ ਸਹੀ ਅਤੇ ਸਟੀਕ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ। ਤੁਸੀਂ ਸਾਡੇ ਵਟਸਐਪ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ। ਹਾਂਜੀ ਦੋਸਤੋ, ਆਪਾਂ ਅਪਡੇਟ ਦੇ ਉੱਪਰ ਆ ਚੁੱਕੇ ਹਾਂ। ਤੁਸੀਂ ਦੇਖ ਸਕਦੇ ਹੋ ਭਗਵੰਤ ਮਾਨ ਦੇ ਵੱਲੋਂ ਕੁਝ ਜਾਣਕਾਰੀ ਸਾਂਝੀ ਕੀਤੀ ਗਈ, ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਗਰੀਬਾਂ ਦੀਆਂ ਮਜਬੂਰੀਆਂ ਨੂੰ ਉਹਨਾਂ ਦੀ ਮਰਜ਼ੀ ਵਿੱਚ ਬਦਲਣਾ ਚਾਹੁੰਦਾ ਹਾਂ। ਬਿਮਾਰ ਹੋਣ 'ਤੇ ਗਰੀਬ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਵਾਉਣ, ਸਰਕਾਰੀ 'ਤੇ ਯਕੀਨ ਨਹੀਂ ਹੁੰਦਾ। ਹੁਣ ਸਰਕਾਰੀ ਹਸਪਤਾਲ ਵੀ ਵਧੀਆ ਕਰ ਦੇਵਾਂਗੇ, ਤੁਹਾਡੀ ਮਰਜ਼ੀ ਹੋਵੇਗੀ ਕਿ ਇਲਾਜ ਸਰਕਾਰੀ ਵਿੱਚ ਕਰਾਉਣਾ ਜਾਂ ਫਿਰ ਪ੍ਰਾਈਵੇਟ, ਜਿਹੜਾ ਕਿ ਪੰਜਾਬ ਦੇ ਗਰੀਬ ਵਰਗ ਦੇ ਲੋਕਾਂ ਵਾਸਤੇ ਵੱਡੀ ਖੁਸ਼ਖਬਰੀ ਹੋਣ ਵਾਲੀ ਆ। ਤੁਹਾਨੂੰ ਭਗਵੰਤ ਮਾਨ ਸਰਕਾਰ ਦੇ ਵੱਲੋਂ ਗਰੀਬ ਵਰਗ ਦੇ ਲੋਕਾਂ ਵਾਸਤੇ ਲਿਆ ਗਿਆ ਐਕਸ਼ਨ ਕਿਵੇਂ ਲੱਗਿਆ, ਆਪੋ ਆਪਣੇ ਸੁਝਾਅ ਜ਼ਰੂਰ ਦਿਓ। ਬਾਕੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ, ਸਰਕਾਰੀ ਸਹੂਲਤਾਂ ਦੀ ਜਾਣਕਾਰੀ ਪਹਿਲਾਂ ਫ੍ਰੀ ਅਤੇ ਸਮੇਂ ਸਿਰ ਲੈਣ ਵਾਸਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਦੇਖਣ ਲਈ, ਵੀਡੀਓ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਏ ਬਾਏ। ਜੈ ਹਿੰਦ।